ਅੱਜ ਮੈਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਸਵਾਲ ਪੁੱਛਣੇ ਨੇ ਤੇ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਸਿੱਖਾਂ ਨੂੰ। ਮੈਂ ਇਹ ਵਰਡ ਸਪੈਸ਼ਲੀ ਯਾਦ ਰੱਖਿਓ, ਮੈਂ ਅੰਮ੍ਰਿਤਪਾਲ ਦੇ ਸਿੱਖਾਂ ਨੂੰ, ਗੁਰੂ ਦੇ ਸਿੱਖਾਂ ਨਾਲ ਨਹੀਂ ਗੱਲ ਕਰਨੀ ਹੈਗੀ। ਗੁਰੂ ਦੇ ਸਿੱਖ ਵੱਖ ਨੇ ਪਰ ਅੰਮ੍ਰਿਤਪਾਲ ਦੇ ਸਿੱਖ ਜਿਹੜੀਆਂ ਕਰਤੂਤਾਂ ਕਰਦੇ ਨੇ, ਤੁਸੀਂ ਮੀਡੀਆ ਵਾਲੇ ਮਿੱਤਰਾਂ ਨੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਦੇਖ ਹੀ ਚੁੱਕੇ ਨੇ। ਅੰਮ੍ਰਿਤਪਾਲ ਦੇ ਸਿੱਖ ਜਿਹੜੇ ਨੇ ਜਾਂ ਅੰਮ੍ਰਿਤਪਾਲ ਦੇ ਜਿਹੜੇ ਪਿਆਦੇ ਨੇ, ਚੇਲੇ ਨੇ, ਉਹ ਕੋਈ ਵੀ ਗੱਲਬਾਤ ਪੱਤਰਕਾਰ ਹੋਣ ਜਾਂ ਉਹਦੇ ਖਿਲਾਫ ਕੋਈ ਬੋਲਣ ਵਾਲਾ ਹੋਵੇ ਜਾਂ ਕੋਈ ਸਵਾਲ ਕਰਨ ਵਾਲਾ ਹੋਵੇ, ਉਹਨਾਂ ਦੀ ਮਾਂ ਭੈਣ ਬੱਚਿਆਂ ਤੋਂ ਹੀ ਸ਼ੁਰੂ ਕਰਦੇ ਨੇ। ਦੂਜੇ ਪਾਸੇ ਅੱਜ ਦੇ ਟਾਈਮ ਚ ਅੰਮ੍ਰਿਤਪਾਲ ਦੇ ਜਿਹੜੇ ਸਿੱਖ ਨੇ, ਜਿਹੜੇ ਅੰਮ੍ਰਿਤਪਾਲ ਦੀ ਪੂਜਾ ਕਰਦੇ ਨੇ, ਅੰਮ੍ਰਿਤਪਾਲ ਨੂੰ ਆਪਣੇ ਇਸ਼ਟ ਦੇ ਤਰੀਕੇ ਨਾਲ ਮੰਨਦੇ ਨੇ, ਆਪਾਂ ਸਾਰੇ ਮੀਡੀਆ ਵਾਲੇ ਮਿੱਤਰ ਜਾਣਦੇ ਹਾਂ ਕਮੈਂਟਾਂ ਦੇ ਵਿੱਚ ਕੀ ਕੁਛ ਗੰਦ ਘੋਲਦੇ ਨੇ ਇਹ ਫੇਕ ਆਈਡੀਆਂ ਤੋਂ, ਆਪਣੀਆਂ ਆਈਡੀਆਂ ਨੂੰ ਲੌਕ ਕਰਕੇ ਕਿਸ ਤਰ੍ਹਾਂ ਇਹ ਪੱਤਰਕਾਰਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਲੋਕਾਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ, ਲੋਕਾਂ ਦੀਆਂ ਸਵਾਲ ਚੁੱਕਣ ਵਾਲਿਆਂ ਦੀਆਂ ਮਾਵਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ। ਕੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ? ਅੰਮ੍ਰਿਤਪਾਲ ਦੇ ਲਫ਼ਜ਼ ਨੇ ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਕਿ ਉਹ ਇਸ ਸੰਵਿਧਾਨ ਨੂੰ ਮੰਨੇ। ਕਿ ਅੰਮ੍ਰਿਤਪਾਲ ਸਿੰਘ ਜੀ ਤੁਹਾਨੂੰ ਕੁੱਤੇ ਨੇ ਹੁਣ ਵੱਢ ਲਿਆ ਜਾਂ ਤੁਸੀਂ ਕੁੱਤੇ ਨੂੰ ਵੱਢ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸਹੁੰ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ? ਪੁੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ, ਮੇਰੇ ਖਿਆਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਬਹੁਤ ਸਾਰੇ ਵੀਰ ਜਾਣਦੇ ਨੇ। ਇਹ ਅੰਮ੍ਰਿਤਪਾਲ ਦੇ ਵਕੀਲ ਨੇ ਤੇ ਬੀਜੇਪੀ ਦੀ ਸਟੇਜ ਦੇ ਉੱਤੇ ਖੜੇ ਨੇ, ਬਹੁਤ ਸਾਰੇ ਐਵੀਡੈਂਸ ਲੈ ਕੇ ਆਇਆ। ਇਹਨਾਂ ਨੂੰ ਸਵਾਲ ਪੁੱਛਣੇ ਨੇ ਕਿ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ। ਕਿ ਜੇ ਤੂੰ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਹੀ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਕੁਦਾਇਆ, ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਤਨਵਾਇਆ, ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ, ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ। ਅੱਜ ਮੈਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਸਵਾਲ ਪੁੱਛਣੇ ਨੇ ਤੇ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਸਿੱਖਾਂ ਨੂੰ। ਮੈਂ ਇਹ ਵਰਡ ਸਪੈਸ਼ਲੀ ਯਾਦ ਰੱਖਿਓ, ਮੈਂ ਅੰਮ੍ਰਿਤਪਾਲ ਦੇ ਸਿੱਖਾਂ ਨੂੰ, ਗੁਰੂ ਦੇ ਸਿੱਖਾਂ ਨਾਲ ਨਹੀਂ ਗੱਲ ਕਰਨੀ ਹੈਗੀ। ਗੁਰੂ ਦੇ ਸਿੱਖ ਵੱਖ ਨੇ ਪਰ ਅੰਮ੍ਰਿਤਪਾਲ ਦੇ ਸਿੱਖ ਜਿਹੜੀਆਂ ਕਰਤੂਤਾਂ ਕਰਦੇ ਨੇ, ਤੁਸੀਂ ਮੀਡੀਆ ਵਾਲੇ ਮਿੱਤਰਾਂ ਨੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਦੇਖ ਹੀ ਚੁੱਕੇ ਨੇ ਕਿ ਅੰਮ੍ਰਿਤਪਾਲ ਦੇ ਸਿੱਖ ਜਿਹੜੇ ਨੇ ਜਾਂ ਅੰਮ੍ਰਿਤਪਾਲ ਦੇ ਜਿਹੜੇ ਪਿਆਦੇ ਨੇ, ਚੇਲੇ ਨੇ, ਉਹ ਕੋਈ ਵੀ ਗੱਲਬਾਤ ਪੱਤਰਕਾਰ ਹੋਣ ਜਾਂ ਉਹਦੇ ਖਿਲਾਫ ਕੋਈ ਬੋਲਣ ਵਾਲਾ ਹੋਵੇ ਜਾਂ ਕੋਈ ਸਵਾਲ ਕਰਨ ਵਾਲਾ ਹੋਵੇ, ਉਹਨਾਂ ਦੀ ਮਾਂ ਭੈਣ ਬੱਚਿਆਂ ਤੋਂ ਹੀ ਸ਼ੁਰੂ ਕਰਦੇ ਨੇ, ਉਹਨਾਂ ਦੀਆਂ ਭੈਣਾਂ ਤੋਂ, ਮਾਵਾਂ ਤੋਂ, ਗਾਲਾਂ ਤੋਂ ਸ਼ੁਰੂ ਹੁੰਦੇ ਨੇ। ਜਦਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇੱਕ ਇੰਸੀਡੈਂਟ ਯਾਦ ਆਉਂਦਾ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਕੰਜਰੀਆਂ ਭੇਜੀਆਂ ਗਈਆਂ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਦੇ ਸਿਰ ਤੇ ਪੱਲਾ ਦੇ ਕੇ ਬੱਚੀਆਂ ਦੇ ਉਹਨਾਂ ਨੂੰ ਆਪਣੀਆਂ ਧੀਆਂ ਕਿਹਾ। ਜਦੋਂ ਉਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਿੱਖ ਸਰਦਾਰ ਹਰੀ ਸਿੰਘ ਨਲਵਾ, ਆਪਾਂ ਸਾਰੇ ਉਸ ਚੀਜ਼ ਨੂੰ ਜਾਣਦੇ ਹਾਂ, ਜਦੋਂ ਹਰੀ ਸਿੰਘ ਨਲਵਾ ਦੇ ਕੋਲ ਇੱਕ ਜਸੂਸ ਪਠਾਣੀ ਜਸੂਸ ਪਹੁੰਚਦੀ ਆ ਕਿ ਮੈਨੂੰ ਤੇਰੇ ਤੋਂ ਬੇਟਾ ਚਾਹੀਦਾ ਹੈਗਾ, ਤਾਂ ਹਰੀ ਸਿੰਘ ਨਲਵਾ ਜੀ ਦਾ ਉਹ ਕਿਰਦਾਰ ਸੀਗਾ, ਉਹ ਕਹਿੰਦੇ ਨੇ ਕਿ ਮੈਂ, ਮੇਰੇ ਵਰਗਾ ਤਾਂ ਇੱਕੋ ਹੀ ਹੋ ਸਕਦਾ ਤੇ ਐਂ ਕਰੋ, ਤੁਸੀਂ ਮੈਨੂੰ ਆਪਣਾ ਬੇਟਾ ਬਣਾ ਲਓ ਤੇ ਤੁਸੀਂ ਮੇਰੀ ਮਾਤਾ ਬਣ ਜਾਓ। ਉਹ ਇੱਕ ਜਸੂਸ ਜਿਹਨੂੰ ਕੰਜਰੀ ਲਫ਼ਜ਼ ਵਰਤਣਾ ਪੈਣਾ, ਉਹ ਇੱਕ ਕੰਜਰੀ ਨੂੰ ਆਪਣੀ ਮਾਂ ਬਣਾ ਲੈਂਦੇ ਨੇ, ਉਹ ਕਿਰਦਾਰ ਨੇ। ਤੇ ਦੂਜੇ ਪਾਸੇ ਅੱਜ ਦੇ ਟਾਈਮ ਚ ਅੰਮ੍ਰਿਤਪਾਲ ਦੇ ਜਿਹੜੇ ਸਿੱਖ ਨੇ, ਜਿਹੜੇ ਅੰਮ੍ਰਿਤਪਾਲ ਦੀ ਪੂਜਾ ਕਰਦੇ ਨੇ, ਅੰਮ੍ਰਿਤਪਾਲ ਨੂੰ ਆਪਣੇ ਇਸ਼ਟ ਦੇ ਤਰੀਕੇ ਨਾਲ ਮੰਨਦੇ ਨੇ, ਆਪਾਂ ਸਾਰੇ ਮੀਡੀਆ ਵਾਲੇ ਮਿੱਤਰ ਜਾਣਦੇ ਹਾਂ ਕਮੈਂਟਾਂ ਦੇ ਵਿੱਚ ਕੀ ਕੁਛ ਗੰਦ ਘੋਲਦੇ ਨੇ ਇਹ ਫੇਕ ਆਈਡੀਆਂ ਤੋਂ, ਆਪਣੀਆਂ ਆਈਡੀਆਂ ਨੂੰ ਲੌਕ ਕਰਕੇ ਕਿਸ ਤਰ੍ਹਾਂ ਇਹ ਪੱਤਰਕਾਰਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਲੋਕਾਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ, ਲੋਕਾਂ ਦੀਆਂ ਸਵਾਲ ਚੁੱਕਣ ਵਾਲਿਆਂ ਦੀਆਂ ਮਾਵਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ। ਕੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ? ਪਿਛਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਜਦੋਂ ਵਿਚਰਿਆ ਆ ਪੰਜਾਬ ਦੇ ਵਿੱਚ, ਉਹਨੇ ਇੱਕ ਮੁਹਿੰਮ ਚਲਾਈ ਔਰ ਉਸ ਮੁਹਿੰਮ ਦੇ ਵਿੱਚ ਉਹ ਜਗ੍ਹਾ ਜਗ੍ਹਾ ਕਹਿੰਦਾ ਫਿਰਿਆ
ਕਿ ਸਾਨੂੰ ਇਹ ਸੰਵਿਧਾਨ, ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਸਾਨੂੰ ਕਿਸੇ, ਅੰਮ੍ਰਿਤਪਾਲ ਦੇ ਲਫ਼ਜ਼ ਨੇ ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਕਿ ਉਹ ਇਸ ਸੰਵਿਧਾਨ ਨੂੰ ਮੰਨੇ। ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੀ, ਤੁਹਾਨੂੰ ਕੁੱਤੇ ਨੇ ਹੁਣ ਵੱਢ ਲਿਆ ਜਾਂ ਤੁਸੀਂ ਕੁੱਤੇ ਨੂੰ ਵੱਢ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸਹੁੰ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ? ਜੇ ਤੁਸੀਂ ਇਲੈਕਸ਼ਨ ਹੀ ਲੜਨਾ ਸੀਗਾ, ਅੱਜ ਬਹੁਤ ਸਾਰੇ ਸਬੂਤ ਆ, ਪਿੱਛੇ ਤੁਸੀਂ ਸ਼ਾਇਦ ਇੱਕ ਫੋਟੋ ਦੇਖ ਰਹੇ ਹੋਗੇ, ਅੱਜ ਬਹੁਤ ਸਾਰੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਪੇਸ਼ ਕਰਾਂਗਾ। ਪਿੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ, ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਬਹੁਤ ਸਾਰੇ ਵੀਰ ਜਾਣਦੇ ਨੇ। ਇਹ ਅੰਮ੍ਰਿਤਪਾਲ ਦੇ ਵਕੀਲ ਨੇ ਤੇ ਬੀਜੇਪੀ ਦੀ ਸਟੇਜ ਦੇ ਉੱਤੇ ਖੜੇ ਨੇ, ਬਹੁਤ ਸਾਰੇ ਐਵੀਡੈਂਸ ਲੈ ਕੇ ਆਇਆ। ਇਹਨਾਂ ਨੂੰ ਸਵਾਲ ਪੁੱਛਣੇ ਨੇ, ਇਹ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ। ਮੈਂ ਗੱਲਬਾਤ ਨੂੰ ਜਾਰੀ ਰੱਖਾਂ ਉੱਥੋਂ ਦੀ। ਅੰਮ੍ਰਿਤਪਾਲ ਸਿੰਘ ਕਹਿੰਦਾ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਤੇ ਹੁਣ ਉਹਨੂੰ ਕਿਸੇ ਕੁੱਤੇ ਨੇ ਵੱਢ ਲਿਆ ਜਿਹੜਾ ਇਸ ਸੰਵਿਧਾਨ ਦੀ ਸਹੁੰ ਚੁੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਤੇ MP ਉਹਨਾਂ ਦੇ ਸੁਪਨੇ ਦੇਖ ਰਿਹਾ। ਗੱਲ ਇਹ ਆ ਕਿ ਜੇ ਤੂੰ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਹੀ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਕੁਦਾਇਆ, ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਤਨਵਾਇਆ, ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ? ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ ਤੇ ਇੰਨਾ ਸਾਡਾ ਭਰਾ ਨੌਜਵਾਨ ਜਿਹੜਾ ਪੰਜਾਬ 'ਚ ਖਰਾਬ ਹੋਇਆ ਉਹ ਨਾ ਹੁੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।